ਕਹਿਣਾ ਹੁਣ ਕੀ ਚਾਹੁੰਦੇ ਆ, ਦੇਸ਼ ਦੀ ਰਾਖੀ ਕਰਦਾ ਸੀਗਾ ਮਹਾਰਾਜ ਦਾ ਭਾਣਾ ਤੇ ਮੰਨਣਾ ਪੈਣਾ, ਦੇਸ਼ ਦੀ ਰਾਖੀ ਕਰਦਾ ਸੀ, ਦੇਸ਼ ਵਾਸਤੇ ਉਹ ਸ਼ਹੀਦ ਹੋ ਗਿਆ। ਠੀਕ ਹੈ, ਤੁਸੀਂ ਵੀ ਫੌਜੀ ਸੀ, ਤੁਹਾਡਾ ਬੇਟਾ ਵੀ ਫੌਜ ਚ ਹੋਇਆ, ਹਾਂਜੀ, ਕਿੰਨਾ ਕੁ ਦੇਸ਼ ਤੇ ਮਾਣ ਕਰਦੇ ਹੋ, ਆਪਣੇ ਬੇਟੇ ਦੀ ਸ਼ਹਾਦਤ ਤੇ ਮਾਣ ਕਰਦੇ? ਅਸੀਂ ਮਾਣ ਕਰਦੇ ਸੀ ਬੇਟੇ ਦੇ, ਬੇਟਾ ਵੀ ਜਿੱਦਾਂ ਅਸੀਂ ਮਾਣ ਕਰਦੇ ਸੀ ਆਪਣੇ ਦੇਸ਼ ਦੇ ਉੱਤੇ, ਉੱਦਾਂ ਹੀ ਬੇਟਾ ਮੇਰਾ ਵੀ ਕਰਦਾ ਸੀ। ਬਹੁਤ ਦਲੇਰ ਜ਼ਿਆਦਾ ਸੀ, ਆਉਂਦਾ ਸੀ ਡੈਡੀ ਮੈਂ ਉੱਥੇ ਪੁੱਤ ਬਚਾ ਕੇ ਰਹੀਦਾ, ਆਉਂਦਾ ਡੈਡੀ ਬਚਾ ਕੇ ਰਹੀਦਾ, ਪਰ ਉਹਨਾਂ ਕੋਲ ਉਹਨਾਂ ਨੂੰ ਅਸੀਂ ਮਾਰ ਕੇ ਮਰਾਂਗੇ, ਇੱਦਾਂ ਨਹੀਂ ਮਰਾਂਗੇ। ਤੁਹਾਨੂੰ ਸ਼ਹਾਦਤ ਤੇ ਮਾਣ ਹੈ? ਮਾਣ ਬਹੁਤ ਜ਼ਿਆਦਾ ਉੱਤੇ ਮਾਣ ਹੈ। ਠੀਕ ਹੈ, ਹਿੰਮਤ ਰੱਖ ਕੇ ਕੀ ਕਹਿਣਾ ਚਾਹੁੰਦੇ? ਸੋਨੀ, ਤੁਹਾਨੂੰ ਮੈਂ ਤੈਨੂੰ ਸਲੂਟ ਕਰਦੀ ਹਾਂ, ਚੱਲ ਤੇ ਗਿਆ ਨਾ, ਹਾਏ ਮੈਨੂੰ ਪਰ ਬਹੁਤ ਮਾਣ ਤੇਰੇ, ਹਾਏ ਤੇਰੀ ਸ਼ਹਾਦਤ ਤੇ ਬਹੁਤ ਮਾਣ ਮੈਨੂੰ, ਹਾਏ। ਇਹ ਘਟਨਾ ਕੱਲ੍ਹ ਰਾਤ 8 ਵਜੇ ਦੀ ਆ। ਸਾਡੇ ਵਿਰੋਧੀ ਦੁਸ਼ਮਣ ਨੇ CFB ਜਿਹਨੂੰ ਸੀਜ਼ ਫਾਇਰ ਵੈਲਿਊਏਸ਼ਨ ਆਉਂਦੇ ਆ, ਸੀਜ਼ ਫਾਇਰ ਦੀ ਉਲੰਘਣਾ ਕੀਤੀ। 6 ਵਜੇ ਫਾਇਰ ਸਟਾਰਟ ਹੋ ਗਿਆ, ਮੋਟਰ RL ਅਤੇ ਕਾਫੀ ਸਾਰੇ ਸਮਾਲ ਆਰਮ ਦਾ। ਤਕਰੀਬਨ ਮੇਰੀ ਪਲਟਨ ਨੂੰ 6 ਮਹੀਨੇ ਸਫਲਤਾਪੂਰਵਕ ਹੋ ਚੁੱਕੇ ਸੀ। ਦੁਸ਼ਮਣ ਲਗਾਤਾਰ ਸਾਨੂੰ ਡੀਮਰਾਲ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਸੀ, ਲੇਕਿਨ ਅਸੀਂ ਆਪਣੀ ਜੋ ਟ੍ਰੇਨਿੰਗ, ਜੋ ਡਰਿੱਲਾਂ ਨੂੰ ਫਾਲੋ ਕਰਦੇ ਹੋਏ, ਉਹਨੂੰ ਕੋਈ ਵੀ ਮੌਕਾ ਨਹੀਂ ਦੇ ਰਹੇ ਸੀ। ਬਹੁਤ ਸਾਰੇ ਇੰਟਰਸੈਪਟ ਆ ਰਹੇ ਸੀ ਵੀ ਇਹ ਬਟਾਲੀਅਨ ਨੂੰ ਨੁਕਸਾਨ ਪਹੁੰਚਾਉਣਾ ਹੈ। ਉਹਦੇ ਲਈ ਉਹਨੇ ਸਨੈਪਸ਼ੂਟ, ਬੈਟ ਐਕਸ਼ਨ, ਮੋਟਰ ਫਾਇਰ ਔਰ ਕਾਫੀ ਹਥਿਆਰਾਂ ਦਾ ਫਾਇਰ ਕੀਤਾ, ਲੇਕਿਨ 6 ਮਹੀਨੇ ਵਿੱਚ ਉਹਨੂੰ ਇੱਕ ਵੀ ਕਾਮਯਾਬੀ ਨਹੀਂ ਮਿਲੀ। ਕਾਮਯਾਬੀ ਨਹੀਂ ਜਦੋਂ ਮਿਲੀ ਤਾਂ ਉਹਨੇ ਸਾਡੀ ਇਹ ਫਾਰਵਰਡ ਪੋਸਟ SC ਬਟਾਲੀਅਨ ਰਜੌਰੀ ਦੇ ਵਿੱਚ, ਬਟਾਲੀਅਨ ਮੇਰੀ ਡਿਪਲਾਈਮੈਂਟ ਹੈ, ਸਾਡੀ ਇੱਕ ਫਾਰਵਰਡ ਪੋਸਟ ਝੀਲ ਦੇ ਉੱਪਰ ਜਿੱਥੇ ਸਾਡਾ ਬਹਾਦਰ ਯੋਧਾ ਨਾਇਕ ਗੁਰਚਰ ਡਿਊਟੀ ਦਾ ਤੈਨਾਤ ਸੀ। ਬਿਲਕੁਲ ਜਿੱਦਾਂ ਬਿਲਟ ਪ੍ਰੋਟੈਕਟ ਜੈਕਟ, ਬਿਲਕੁਲ 24 ਆਵਰਸ ਲੱਗੀ ਰਹਿੰਦੀ ਆ ਜੋ ਕਿ ਫਾਇਰ ਤੋਂ ਬਚਾਏ, ਔਰ ਲੂਪ ਹੋਲ ਜਿਹਦੇ ਵਿੱਚੋਂ ਅਸੀਂ ਵੈਪਨ ਦਾ ਫਾਇਰ ਕਰਦੇ ਹਾਂ ਉਹਦੇ ਉੱਪਰ ਵੀ ਬੁਲਟ ਪ੍ਰੂਫ ਸ਼ੀਸ਼ੇ ਲਗਾ ਰੱਖੇ ਨੇ ਜੋ ਕਿ ਕੋਈ ਬੁਲਟ ਨੁਕਸਾਨ ਨਾ ਕਰੇ। ਲੇਕਿਨ 6 ਮਹੀਨੇ ਕਾਮਯਾਬ ਨਾ ਹੋਣ ਤੋਂ ਬਾਅਦ ਉਹਨੇ ਇੱਕ ਕਾਨੂੰਨੀ ਚਾਲ ਚੱਲੀ ਅਤੇ ਇੱਕ ਮਜਾਇਲ ਫਿੱਟ ਕੀਤੀ ਗਈ। ਤਕਰੀਬਨ ਰਾਤ 6 ਵਜੇ ਫਾਇਰ ਹੋਇਆ, 9 ਵਜੇ ਇੱਕ ਮਜਾਇਲ ਆਈ, ਜਦੋਂ ਮਜਾਇਲ ਆਈ ਤਾਂ ਉਹ ਸਿੱਧੀ ਆ ਕੇ ਲੂਪ ਹੋਲ ਦੇ ਵਿੱਚ ਹਿੱਟ ਕੀਤੀ। ਇਹ ਸਾਡਾ ਗੁਰਚਰਨ ਸਿੰਘ ਡਿਊਟੀ ਦੇ ਉੱਪਰ ਸੀ, ਉਹ ਸਿੱਧੀ ਆ ਕੇ ਸ਼ੀਸ਼ਾ ਤੋੜ ਕੇ ਇਹਦੇ ਚੀਜ਼ ਪਾੜ ਨੂੰ ਟੱਚ ਕੀਤੀ, ਪਰ ਉਹਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਔਰ ਫਸਟ ਏਡ ਦੇਣ ਤੋਂ ਪਹਿਲਾਂ ਜ਼ਿਆਦਾ ਕ੍ਰਿਟੀਕਲ ਕੱਟ ਲੱਗਦਾ, ਪੂਰਾ ਪਿੱਛੇ ਨਿਕਲ ਚੁੱਕਾ ਸੀ, ਜਿਹਦੇ ਨਾਲ ਇਹ ਕਿ ਆਪਣੇ ਦੇਸ਼ ਦੀ ਖਾਤਰ ਆਪਣੇ ਫਰਜ਼ ਨੂੰ ਅੰਜਾਮ ਦਿੰਦਾ ਹੋਇਆ ਸ਼ਹਾਦਤ ਦਾ ਜਾਮ ਦੇ। ਸ਼ਹੀਦੋਂ ਕੀ ਜਨਮ ਭੂਮੀ ਜ਼ਿਲ੍ਹਾ ਗੁਰਦਾਸਪੁਰ ਨੇ
अपनी परंपरा को बरकरार रखते हुए जम्मू कश्मीर के रजौरी सेक्टर में दुश्मनों द्वारा जो वायलेशन की गई, सीज फायर का उल्लंघन की गई, उस हमले का माकूल जवाब देते हुए 28 वर्षीय गांव हरचोपाल का हमारा भाई चौना पंजाब रेजिमेंट का नायक गुरचरण सिंह शहादत का जाम पी गया और इन शहादतों की परंपरा को बरकरार रख गया। मैं सरकार से अपील करता हूं कि आखिर कब तक हमारे ये जांबाज सैनिक शहादतें देते रहेंगे। मैं चेतावनी देना चाहता हूं पाकिस्तान को कि अगर उन्होंने आतंक को शायद देना बंद ना किया तो भारतीय सेना जो विश्व की सबसे ताकतवर सेना है, एक दिन ऐसा आएगा कि उसका नाम वो विश्व के नक्शे से मिटा देगी। आज आपने देखा इस भूमि पे शहीद गुरचरण सिंह की चिता को मुखाग्नि के छह महीने के नन्हे बच्चे ने दी, जिसे देखकर हर आंख नम थी। ये ऐसी भूमि है और आज पिता भी एक सैनिक है जिन्होंने वर्दी पहनी थी, वो भी कह रहे थे मैंने बेटा खोया, दुख है लेकिन उसकी शहादत पर मुझे मान भी है। सो मैं सरकार से अपील करता हूँ कि इन शहादतों का सिलसिला थमना चाहिए। गुरचरण वापस तो नहीं आएगा, लेकिन मैं चाहता हूँ कि अपनी शहीद सैनिक परिवार सुरक्षा परिषद की ओर से सरकार से मांग करता हूँ कि गाँव हरचोपाल में शहीद नायक गुरचरण सिंह की याद में एक स्मारक बनाया जाए, ताकि देश की भावी पीढ़ी, इस इलाके के क्षेत्रीय के युवा उनकी बहादुरी से प्रेरणा लेकर फिर वो भारतीय सेना में भर्ती होकर राष्ट्र निर्माण में अपना योगदान दे। ज्योतिष आर के शास्त्री रूहानी काले इलम दे माहिर, 72 घंटे विच घर बैठे हर तरह दा समाधान, वशीकरण करना जा तोड़ना, प्यार विच धोखा, लव मैरिज, पति पत्नी विच अणबन, सौतन दुश्मन दा नाश, धोखा खादे लोग सानू एक बार जरूर फोन करन 8148 13 896 8148 13 896।